ਪਿਛਲੇ ਦਿਨਾਂ ਦੇਖਿਆ ਕਿ ਡੋਂਕੀ ਦੇ ਚਲਦੇ ਇੱਕ ਫਲਾਈਟ ਫੜੀ ਗਈ ਸੀ ਜਿਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਕਈ ਵੱਡੇ ਖੁਲਾਸੇ ਹੋ ਰਹੇ ਹੈ ਦਿੱਲੀ ਦੀ ਕ੍ਰਾਈਮ ਬ੍ਰਾਂਚ ਦੇ ਨਾਲ ਨਾਲ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਬਣਾਈ ਗਈ ਹੈ ਜਿਸ ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਦਿੱਲੀ ਦੀ ਟੀਮਾਂ ਪੰਜਾਬ ਹਰਿਆਣਾ ਰਾਜਸਥਾਨ ਵੀ ਪਹੁੰਚੀ ਹੈ ਪੂਰਾ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਲੇਕਿਨ ਸਵਾਲ ਇਹਦੇ ਵਿੱਚ ਕਈ ਨੇ ਕਿ ਡੋਂਕੀ ਨੂੰ ਲੈ ਕੇ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਦੇ ਕਿ ਜੰਗਲਾਂ ਦੇ ਰਾਸਤੇ ਉੱਥੋਂ ਜਾਂਦੇ ਹੈ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀ ਹੈ ਐਕਚੁਅਲ ਹੁੰਦਾ ਕੀ ਹੈ ਪ੍ਰੋਸੈਸ ਕੀ ਹੈ ਕਿਉਂ ਇਲੀਗਲ ਜਿਹੜੇ ਵੇ ਨੇ ਉਹ ਲੋਕ ਅਪਣਾਉਂਦੇ ਨੇ ਬਹੁਤ ساری ਚੀਜ਼ਾਂ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮਨ 'ਚ ਵੀ ਸਵਾਲ ਹੁੰਦਾ ਹੈ ਸਾਡੇ ਨਾਲ ਇਮੀਗ੍ਰੇਸ਼ਨ ਮਾਹਿਰ ਨੇ ਕਾਫੀ ਸਾਲਾਂ ਦਾ ਐਕਸਪੀਰੀਅੰਸ ਨੇ ਮਿਸਟਰ ਗੁਰਪ੍ਰੀਤ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਗੁਰਪ੍ਰੀਤ ਜੀ ਇਹ ਪਿਛਲਾ ਤੁਸੀਂ ਵੀ ਸੁਣਿਆ ਹੋਣਾ ਸਾਰੇ ਤੁਸੀਂ ਇਹਦੇ 'ਚ ਕੰਮ ਕਰਦੇ ਹੋ ਡੰਕੀ ਸਿਸਟਮ 'ਚ ਐਕਚੁਅਲੀ ਇਲੀਗਲ ਪ੍ਰੋਸੈਸ ਹੈ ਚਾਹੇ ਤੁਸੀਂ ਫਲਾਈਟ ਦੇ ਰਾਹੀਂ ਜਾਓ ਚਾਹੇ ਤੁਸੀਂ ਜੰਗਲਾਂ ਦੇ ਰਾਹੀਂ ਜਾਓ ਪੈਸੇ ਘਟ ਲੱਗਦੇ ਉਹਦੇ ਵਿੱਚ ਪੈਸੇ ਦੀ ਗੱਲ ਕਰਾਂ ਤਾਂ ਇਹ ਨਾਰਮਲ ਪ੍ਰੋਸੈਸ ਨਾਲੋਂ 3 ਗੁਣਾ 4 ਗੁਣਾ ਜ਼ਿਆਦਾ ਪੈਸਾ ਲੱਗਦਾ ਠੀਕ ਹੈ ਤਾਂ ਇੱਕ ਨਾਰਮਲ ਸਟੂਡੈਂਟ ਅਗਰ ਜਦੋਂ ਬਾਹਰ ਜਾਂਦਾ ਹੈ ਉਹ 5 ਲੱਖ ਤੋਂ ਲੈ ਕੇ 10 ਲੱਖ ਚ ਯੂਐਸ ਪਹੁੰਚ ਜਾਂਦਾ ਹੈ ਉੱਥੇ ਹੀ ਇੱਕ ਡੌਂਕੀ ਜਿਹੜਾ ਕਿ ਇਲੀਗਲ ਪ੍ਰੋਸੈਸ ਹੈ ਜਿਹੜਾ ਸਹੀ ਪ੍ਰੋਸੈਸ ਵੀ ਨਹੀਂ ਹੈ ਉਹਦੇ ਵਿੱਚ ਜਾਣ ਲਈ ਲੋਕ 40 ਲੱਖ 50 ਲੱਖ ਰੁਪਇਆ ਇੱਕ ਪਰਸਨ ਪੇ ਕਰਦਾ ਹੈ ओके ਤੇ ਇਹ ਇਸ ਕਰਕੇ ਸਸਤਾ ਤਾਂ ਨਹੀਂ ਹੈ ਬਿਲਕੁਲ ਵੀ ਬਹੁਤ ਮਹਿੰਗਾ ਹੈ ਔਰ ਨਾਲ ਇਲੀਗਲ ਹੈ। ਇਸ ਦਾ ਰੀਜ਼ਨ ਕੀ ਹੈ ਲੋਕ ਕਿ ਉਸ ਪਾਸੇ ਕਿਉਂ ਪੜਦੇ? ਗਾਈਡੈਂਸ ਦੀ ਕਮੀ ਹੋ ਸਕਦੀ ਹੈ। ओके। ਅ ਸਟੂਡੈਂਟ ਨੂੰ ਅਵੇਅਰਨੈਸ ਦੀ ਕਮੀ ਹੋ ਸਕਦੀ ਹੈ। ਤੋਂ ਇਸ ਕਰਕੇ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਅਵੇਅਰਨੈਸ ਜਦੋਂ ਵੱਧ ਜਾਈਏਗੀ ਹੁਣ ਤੁਸੀਂ ਸਾਡੇ ਕੋਲ ਆਇਆ ਅਸੀਂ ਬੱਚਿਆਂ ਨੂੰ ਅਵੇਅਰ ਕਰਦੇ ਆ। ਅਵੇਅਰਨੈਸ ਵੱਧਦੀ ਜਾਊਗੀ ਤੇ ਆਬਵੀਅਸ ਹੈ ਮੈਨੂੰ ਲੱਗਦਾ ਕਿ ਹੁਣ ਅੱਗੇ ਜਾ ਕੇ ਇਹ ਪ੍ਰੋਸੈਸ ਘੱਟ ਦਾ ਨਜ਼ਰ ਆਏਗਾ। ਲਗਾਤਾਰ ਹਮੇਸ਼ਾ ਤੁਸੀਂ ਦੇਖਦੇ ਆ ਕਿ ਲੋਕ ਦੱਸ ਰਹੇ ਕਿ ਗਲਤ ਗੱਲ ਹੈਗੀ ਹੈ ਇਹ ਕਿ ਤਰੀਕਾ ਹੀ ਗਲਤ ਹੈਗਾ ਬੇਸਿਕਲੀ ਥਿਸ ਇਸ ਨਾਟ ਮੇਡ ਬਾਈ ਦ ਐਨੀ ਗਵਰਨਮੈਂਟ ਨਾ ਇੰਡੀਆ ਗਵਰਨਮੈਂਟ ਨੇ ਬਣਾਇਆ ਨਾ ਹੀ ਯੂ ਐਸ ਗਵਰਨਮੈਂਟ ਨੇ ਬਣਾਇਆ ਨਾ ਹੀ ਕਿਸੇ ਹੋਰ ਸਰਕਾਰ ਨੇ ਬਣਾਇਆ ਕਿਸੇ ਕੰਟਰੀ ਦੀ ਇੱਕ ਇਲੀਗਲ ਪ੍ਰੋਸੈਸ ਹੈਗਾ ਤੇ ਸਰ ਤੁਸੀਂ ਜਿਹੜਾ ਦੇਖਿਆ ਹੋਣਾ ਫਲਾਈਟ ਦਾ ਮੋਸਟਲੀ ਇੰਡੀਆ ਨਹੀਂ ਸੀਗੇ ਇਹ ਜਿਆਦਾ ਛੇਤੀ ਜਾਣ ਦੀ ਹੋੜ ਹੁੰਦੀ ਹੈ ਜਾਂ ਫਿਰ ਇਹ ਤੁਸੀਂ ਜਿੱਦਾਂ ਕਿਹਾ ਕਿ ਗਾਈਡੈਂਸ ਦੀ ਘਾਟ ਹੁੰਦੀ ਹੈ ਕੋਈ ਗਲਤ ਸੁਪਨੇ ਦਿਖਾ ਦੇਗਾ ਤਾਂ ਹੋੜ ਪੰਜਾਬੀਆਂ ਚ ਆਈ ਜਾਏਗੀ ਫਿਰ ਉਹ ਪੰਜਾਬੀ ਹੋਏ ਕੋਈ ਇੰਡੀਅਨ ਹੋਏ ਜਦੋਂ ਦਿਲ ਕਰਨ ਲੱਗ ਜਦਾ ਤੁਹਾਨੂੰ ਕੋਈ ਸੁਪਨੇ ਦਿਖਾ ਦਵਾ ਮੈਂ ਕਿ ਬਾਜੀ ਅੱਜ ਬਾਹਰ ਜਾ ਕੇ ਤੁਸੀਂ ਨਿਕਲਦੇ ਸਾਲ ਰਾਇਲ 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 ਰਾਇਸ ਘੁੰਮੋਗੇ ਤੇ ਮਜ਼ਾ ਆਏਗਾ ਸੁਨਣ ਦੇ ਵਿੱਚ ਤੇ ਕਿੰਨਾ ਕਿਤੇ ਫਿਰ ਉਹ ਗਲਤ ਗਾਈਡੈਂਸ ਦਾ ਸ਼ਿਕਾਰ ਹੈ ਲੀਗਲੀ ਜੇ ਆਪਾਂ ਗੱਲ ਕਰੀਏ ਪ੍ਰੋਸੈਸ ਕੀ ਹੁੰਦਾ ਹੈ ਸਰ ਜੇ ਆਪਾਂ ਗੱਲ ਕਰੀਏ ਯੂ ਐਸ ਦਾ ਜਾਂ ਕਿਸੇ ਵੀ ਵਿਦੇਸ਼ੀ ਕੰਟਰੀ ਜਾਣ ਦਾ ਇੱਕ ਲੀਗਲੀ ਪ੍ਰੋਸੈਸ ਕੀ ਹੁੰਦਾ ਇੱਕ ਤਾਂ ਤੁਸੀਂ ਕਿਹਾ ਕਿ ਕੰਸਲਟੈਂਟ ਬਹੁਤ ਜ਼ਰੂਰੀ ਹੈ ਲੀਗਲੀ ਪ੍ਰੋਸੈਸ ਲੋਕ ਕਿੱਥੇ ਜਾਣ ਕਿਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਕਿਉਂਕਿ ਲਗਾਤਾਰ ਤੁਸੀਂ ਤਾਂ ਦੱਸਦੇ ਹੋ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਲੋਕ ਫਸ ਜਾਂਦੇ ਦੂਜੇ ਚੱਕਰ ਬਿਲਕੁਲ ਸਭ ਤੋਂ ਪਹਿਲਾ ਪ੍ਰੋਸੈਸ ਲੀਗਲੀ ਹੁੰਦਾ ਕਿ ਤੁਸੀਂ ਇੱਕ ਟੂਰਿਸਟ ਵੀਜ਼ਾ ਤੇ ਘੁੰਮਣ ਫਿਰਨ ਦੇ ਲਈ ਤੁਸੀਂ ਜਾ ਸਕਦੇ ਹੋ ਕੋਈ ਵੀ ਕੰਟਰੀ ਤੁਹਾਨੂੰ ਘੁੰਮਣ ਫਿਰਨ ਨਾਲ ਲਈ ਨਹੀਂ ਰੋਕਦੀ ਹੈਗੀ ਦੂਸਰਾ ਪ੍ਰੋਸੈਸ ਉਹਨਾਂ ਨੂੰ ਤੁਸੀਂ ਉੱਥੇ ਪੜਨ ਲਈ ਜਾ ਸਕਦੇ ਹੋ ਲਗੇ ਹੋਏ ਨੇ ਮਾਪੇ ਬਾਪ ਜਾਣਾ ਚਾਹੁੰਦੇ ਨੇ ਤੇ ਉਹ ਕਾਰਨ ਉਹਨਾਂ ਕੋ ਬੱਚਿਆਂ ਕੋ ਜਾ ਸਕਦੇ ਆ ਚੌਥਾ ਪ੍ਰੋਸੈਸ ਹੁੰਦਾ ਤੁਸੀਂ ਪਰਮਨੈਂਟ ਰੈਜ਼ਿਡੈਂਸੀ ਵੀ ਲੈ ਸਕਦੇ ਹੋ ਪੰਜਵਾਂ ਹੁੰਦਾ ਵਾ ਜੇ ਤੁਹਾਨੂੰ ਕੋਈ ਕੰਪਨੀ ਫਿਜ਼ੀਕਲੀ ਉੱਥੇ ਦੀ ਸਪான்ਸਰ ਕਰ ਰਹੀ ਹੈ ਜਾਂ ਤੁਸੀਂ ਇੱਥੇ ਇੰਡੀਆ ਚ ਇਹੋ ਜੀ ਕੰਪਨੀ ਚ ਕੰਮ ਕਰ ਰਹੇ ਹੋ ਜਿਨ੍ਹਾਂ ਦਾ ਆਫਿਸ ਦਫਤਰ ਯੂ ਐਸ ਵੀ ਹੈਗਾ ਉਹ ਤੁਹਾਨੂੰ ਟਰਾਂਸਫਰ ਦੇ ਰਿਹਾ ਤੁਸੀਂ ਉਸ ਤਰੀਕੇ ਨਾਲ ਵੀ ਜਾ ਸਕਦੇ ਹੋ ਇਹ ਸਾਰੇ ਤਰੀਕੇ ਨੇ ਜਿਹੜੇ ਤੁਸੀਂ ਬਾਹਰ ਜਾ ਸਕਦੇ ਹੋ ਸਰ ਇੱਕ ਸਵਾਲ ਹੋ ਰਿਹਾ ਕਿਉਂਕਿ ਡੌਂਕੀ ਦੀ ਅਸੀਂ ਗੱਲ ਕਰ ਲਈਏ ਇਹ ਪਹਿਲੀ ਵਾਰੀ ਨਹੀਂ ਹੈ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸੁਨੇ ਜੰਗਲਾਂ ਦੇ ਰਾਹੀਂ ਹੁਣ ਤਾਂ ਨਵਾਂ ਹੋ ਗਿਆ ਕਿ ਫਲਾਈਟ ਦੇ ਰਾਹੀਂ ਲੇਕਿਨ ਇਹਦੇ ਵਿੱਚ ਕਈ ਚੀਜ਼ਾਂ ਦੀ ਹਜੇ ਵੀ ਘਾਟ ਹੈ ਯਾਨੀ ਕਹਿ ਸਕਦੇ ਕਿ ਨੌਲੇਜ ਦੀ ਜਾਂ ਫਿਰ ਸਜੈਸ਼ਨ ਦੀ ਜਾਂ ਐਡਵਾਈਸ ਦੀ ਇਹਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਚਾਹੇ ਉਹ ਸਟੂਡੈਂਟਸ ਹੋਣ ਚਾਹੇ ਉਹ ਲੋਕਾਂ ਦੇ ਸੁਪਨੇ ਜਿੱਦਾਂ ਤੁਸੀਂ ਵੀ ਕਿਹਾ ਉਹਦੇ ਦੀ ਘਾਟ ਜ਼ਰੂਰ ਹੈ education ਦੀ ਵੀ ਕਮੀ ਹੈ ਕਿ ਅੱਜ ਦੀ ਜਿਹੜੇ ਫੜੇਗੇ ਹੁਣ ਮੈਨੂੰ ਲੱਗਦਾ ਨਹੀਂ ਕਿ ਉਹ 10ਵੀਂ ਪਾਸ ਤੋਂ ਉਹਨਾਂ ਤੋਂ ਉੱਤੇ ਕੋਈ ਬੰਦਾ ਹੋਵੇਗਾ ਜਦੋਂ education ਦੀ ਘਾਟ ਹੁੰਦੀ ਹੈ ਅਸੀਂ ਕਈ ਵਾਰੀ ਗਲਤ ਸਸਤਾ ਇਖਤਿਆਰ ਕਰ ਲੈਂਦੇ ਆ ਜੇ ਬੱਚੇ ਪੜਨ ਆਪਣਾ education ਨੂੰ ਜ਼ਰੂਰ ਹਾਸਲ ਕਰਨ ਜਦ ਤੱਕ ਉਹ ਇੰਡੀਆ ਦੇ ਵਿੱਚ ਹੈਗੇ ਨੇ ਮਸਟ ਬੀ ਗ੍ਰੈਜੂਏਟ ਮੈਂ ਹੀ ਕਹੂੰਗਾ ਜਦੋਂ ਗ੍ਰੈਜੂਏਸ਼ਨ ਹੁੰਦਾ ਬੰਦਾ ਤੇ ਉਹਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੁਣ ਤੁਸੀਂ ਦੇਖਣਾ ਜਿਹੜੇ ਹੈਗੇ ਨੇ ਕੋਈ 5 ਪਾਸ ਕੋਈ 6 ਪਾਸ ਵਿਚਾਰਾ ਬਾਹਰ ਜਾਣਾ ਚਾਹ ਰਿਹਾ ਉਹਨੂੰ ਗਲਤ ਗਾਈਡ ਕਰਨਾ ਉਹਨੂੰ ਮਿਸ ਗਾਈਡ ਕਰਨਾ ਉਹ ਲੋਕਾਂ ਲਈ ਆਸਾਨ ਹੋ ਜਾਂਦਾ ਤੇ ਤੁਸੀਂ ਪੜਿਆ ਲ ਕਰਨੇ ਕੀਤਾ ਜਾ ਸਕਦਾ ਰੁਪੀਜੀ ਇੱਕ ਸਵਾਲ ਹੋ ਰਿਹਾ ਹੈ ਜਿੱਦਾਂ ਤੁਸੀਂ ਦੱਸਿਆ ਕਿ ਡਬਲ ਤੋਂ ਵੀ 트리플 ਪੈਸਾ ਲੱਗਦਾ ਹੈ ਯਾਨੀ ਕਿ ਪੂਰਾ ਕਰਾਸ ਕਰਾਣ ਦੇ ਵੀ ਪੈਸੇ ਲੱਗਦੇ ਆ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਰਿਸਕ ਬਹੁਤ ਜ਼ਿਆਦਾ ਹੈ ਰਿਸਕ ਭਾਜੀ 100% ਰਿਸਕ ਹੈ ਅੱਧੇ ਵਿਚਾਰੇ ਜਿਹੜੇ ਮਾਵਾ ਮਾਵਾ ਦੇ ਬੱਚੇ ਪਹੁੰਚਦੇ ਨਹੀਂ ਹੈ ਉਹ ਰਿਸਕ ਵਿੱਚ ਆ ਜਿਹੜੇ ਵਿਚਾਰੇ ਰਾਹ 'ਚ ਰਹਿ ਜਾਂਦੇ ਨੇ ਮਰ ਜਾਂਦੇ ਨੇ ਉਹ ਰਿਸਕ ਹੈ ਉਹਨਾਂ ਨੂੰ ਕੌਣ ਪੁੱਛਦਾ ਔਰ ਉਸ ਤੋਂ ਬਾਅਦ ਜਿਹੜੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਵਾਪਸ ਆਣ ਦੇ ਵਿੱਚ ਰਿਸਕ ਹੈ ਉੱਥੇ ਐਸਾ ਪੈਸਾ ਕਮਾਇਆ ਕੀ ਕਰਨਾ ਜਿਹੜਾ ਉਹਨੂੰ ਦੇਖ ਹੀ ਨਹੀਂ ਸਕਦੇ ਜੇ ਮੈਂ ਉੱਥੇ ਰਹਿ ਕੇ ਲੱਖਾਂ ਡਾਲਰ ਕਮਾ ਵੀ ਲਿਆ ਜਿੱਥੇ ਲੱਗ ਰਿਹਾ ਇੰਡੀਆ ਦੇ ਵਿੱਚ ਮੈਂ ਭੇਜ ਰਿਆਂ ਕੋਠੀ ਪਾਲੀ ਕਾਰਾਂ ਲੈ ਲਈਆਂ ਉਹਨੂੰ ਮੈਂ ਦੇਖ ਨਹੀਂ ਸਕਦਾ ਉਹਨੂੰ ਮੈਂ ਹੰਡਾਰ ਨਹੀਂ ਸਕਦਾ ਤੇ ਉਸ ਪੈਸੇ ਦਾ ਕੀ ਕਰਨਾ ਉਹ ਇੱਕ ਮਿੱਠੀ ਜੇਲ ਹੋ ਜਾਂਦੀ ਜਿਹੜੇ ਦਸਾਂ ਦੇ ਵਿੱਚੋਂ ਜੇ ਦੋ ਪਹੁੰਚਦੇ ਉਨਾਂ ਲਈ ਉਹ ਮਿੱਠੀ ਝੇਲ ਹੈ ਸੋ ਇਸ ਕਰਕੇ ਜੈਨੂਅਲੀ ਹੀ ਜੇ ਜਾਣ 10 ਤੋਂ ਭਾਵੇਂ 8 ਪਹੁੰਚ ਪਰ ਉਹ ਕਦੀ ਵੀ ਇੰਡੀਆ ਆ ਜਾ ਸਕਦੇ ਨੇ ਆਪਣਾ ਕਮਾਇਆ ਹੋਇਆ ਉੱਥੇ ਹਾਂ ਇੱਥੇ ਖੜਾ ਵੀ ਸਕਦੇ ਨੇ ਆਪਣੇ ਮਾਪੇ ਦੀ ਸੇਵਾ ਵੀ ਕਰ ਸਕਦੇ ਨੇ ਤੋਂ ਇਹ ਜ਼ਰਾ ਚਲੋ ਬਹੁਤ ਅਹਿਮ ਚੀਜ਼ਾਂ ਛਾਣਨੇ ਦੱਸੀਆਂ ਕਿਉਂਕਿ ਕਾਉਂਸਲਿੰਗ ਬਹੁਤ ਜ਼ਰੂਰੀ ਹੈ ਯਾਨੀ ਕਿ ਜਿੱਦਾਂ ਸਰ ਨੇ ਦੱਸਿਆ ਕਿ ਨੌਲੇਜ ਦੀ ਘਾਟ ਹੁੰਦੀ ਕਈਆਂ ਨੂੰ ਜਿਹੜੇ ਕਮ ਸਮੇਂ 'ਚ ਕਹਿ ਸਕਦੇ ਆ ਕਿ ਪਹਿਹੇ ਕਮਾਨਦੇ ਆ ਕਿਉਂਕਿ ਸਪਨੇ ਦਿਖਾਏ ਜਾਂਦੇ ਉਹਨਾਂ ਨੂੰ ਔਰ ਇਹੀ ਕਾਰਨ ਹੁੰਦਾ ਹੈ ਕਿ ਡੋਂਕੀ ਜਿਹੜਾ ਤਰੀਕਾ ਹੈ ਉਹ ਅਪਣਾਇਆ ਜਾਂਦਾ ਹੁਣ ਪਿਛਲੇ ਦਿਨਾਂ ਹਾਲਾਂਕਿ ਇਹਦੇ ਵਿੱਚ ਹੁਣ ਦਿੱਲੀ ਕ੍ਰਾਈਮ ਬ੍ਰਾਂਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ ਜੋ ਕਿ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਚਾਹੇ ਉਹ ਦਿੱਲੀ ਦੀ ਗੱਲ ਹੋਵੇ ਪੰਜਾਬ ਦੀ ਹਰਿਆਣਾ ਦੀ ਰਾਜਸਥਾਨ ਦੀ ਵੱਖ-ਵੱਖ ਜਿਹੜੇ ਜਿਹੜੇ ਇੰਡੀਅਨਸ ਜਿਹੜਾ ਜ਼ਿਆਦਾਤਰ ਪਾਏ ਗਏ ਨੇ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਕਿ ਕਿਹੜੇ ਕਿਹੜੇ ਇਲੀਗਲ ਏਜੰਟਸ ਨੇ ਉਹਨਾਂ ਦੇ ਕਾਉਂਸਲਿੰਗ ਕਿਸ ਤਰ੍ਹਾਂ ਦੀ ਚੀਜ਼ਾਂ ਹੋਣੀ ਚਾਹੀਦੀ ਹੈ ਲੀਗਲ ਪ੍ਰੋਸੈਸ ਕੀ ਇਹ ਬਹੁਤ ساری ਚੀਜ਼ਾਂ ਹੈ ਜਿਸ ਨੂੰ ਲੈ ਕੇ ਸਭ ਤੋਂ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਪੜੋ ਐਡਵਾਈਸ ਲੋ ਸੁਜੈਸ਼ਨ ਲੋ ਕਾਉਂਸਲਿੰਗ ਲੋਰ ਉਸ ਤੋਂ ਬਾਅਦ ਹੀ ਅੱਗੇ ਦਾ ਪ੍ਰੋਸੈਸ ਸਟਾਰਟ ਕਰੋ ਜਨਕਤੋ ਕੈਮਰਾਮੈਨ ਹਨ ਮਨਦੀਪ ਸਿੰਘ ਨਾਲ ਮਨੋਜ ਰਾਠੀ ਨਿਊਜ਼ 18